ਸਤਿ ਸ੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਵਿੱਚ। ਦੋਸਤੋ, ਅੱਜ ਅਸੀਂ ਲੈ ਕੇ ਆਏ ਹਾਂ 8ਵੀਂ ਜਮਾਤ ਦਾ ਜਿਹੜਾ ਅਗਲਾ ਪੇਪਰ ਹੈ ਹੋਣ ਵਾਲਾ, ਉਹ ਹੈ ਸਵਾਗਤ ਜ਼ਿੰਦਗੀ। ਉਹਦਾ ਸੈਂਪਲ ਪੇਪਰ ਲੈ ਕੇ ਆਏ ਹਾਂ ਜੋ ਕਿ ਫੁੱਲੀ ਸੋਲਵਡ ਹੈ। ਤੁਹਾਡੇ ਸਹੂਲਤ ਦੇ ਲਈ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ, ਚਾਹੇ ਉਹ 2 ਨੰਬਰਾਂ ਦੇ ਹਨ, 5 ਨੰਬਰਾਂ ਦੇ ਹਨ, ਛੋਟੇ ਹਨ, ਵੱਡੇ ਹਨ, ਸਾਰੇ ਦੇ ਸਾਰੇ ਅਸੀਂ ਤੁਹਾਡੇ ਲਈ ਸੋਲਵ ਕਰਕੇ ਲੈ ਕੇ ਆਏ ਹਾਂ। ਠੀਕ ਹੈ ਦੋਸਤੋ, ਸੋ ਦੋਸਤੋ ਇਹ ਸੈਂਪਲ ਪੇਪਰ ਹੈ, ਸੋ ਆਓ ਕਰਦੇ ਹਾਂ ਸ਼ੁਰੂ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਹੈ ਭਾਗ ਊੜਾ। ਠੀਕ ਹੈ ਜੀ, ਕੁੱਲ 15 ਪ੍ਰਸ਼ਨ ਹੋਣਗੇ, ਸਾਰੇ 1-1 ਨੰਬਰਾਂ ਦੇ ਨੇ, ਉਹ ਕਰਨੇ ਹਨ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਨੰਬਰ 1, ਸਰੀਰ ਨੂੰ ਸਾਫ਼ ਰੱਖਣ ਲਈ ਕਿਹੜੀ ਆਦਤ ਚੰਗੀ ਹੈ? ਸੋ ਇਹ 4 ਆਪਸ਼ਨਾਂ ਦਿੱਤੀਆਂ ਹਨ। ਸੋ ਬੱਚਿਓ, ਜੇ 4 ਆਪਸ਼ਨ ਅਸੀਂ ਪੜ੍ਹੀਆਂ ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਏਗੀ, ਸੋ ਸਿੱਧੇ ਹੀ ਆਂਸਰ ਦੱਸਾਂਗੇ। ਠੀਕ ਹੈ ਜੀ। ਸੋ ਨੰਬਰ 1, ਸਰੀਰ ਨੂੰ ਸਾਫ਼ ਰੱਖਣ ਲਈ ਕਿਹੜੀ ਆਦਤ ਚੰਗੀ ਹੈ? ਸੋ ਇਹਦਾ ਆਪਸ਼ਨ ਹੈ ਈੜੀ, ਹਰ ਰੋਜ਼ ਨਹਾਉਣਾ। ਸੋ ਪ੍ਰਸ਼ਨ ਨੰਬਰ 2, ਸਵੈ ਨਿਰੰਤਰ ਨਾਲ ਅਸੀਂ, ਇਹ ਆਪਸ਼ਨ ਦਿੱਤੇ ਗਏ ਹਨ, ਸੋ ਇਹ ਪੜ੍ਹਦੇ ਹਾਂ। ਊੜਾ, ਮਿੱਥੇ ਉਦੇਸ਼ ਪ੍ਰਾਪਤ ਕਰ ਸਕਦੇ ਹਾਂ, ਐੜਾ ਕਾਰੋਜ਼ਗਾਰੀ ਵਧੀਆ ਕਰ ਸਕਦੇ ਹਾਂ, ਈੜੀ ਆਤਮ ਵਿਸ਼ਵਾਸ ਵਧਾ ਸਕਦੇ ਹਾਂ, ਤੇ ਸੱਸਾ ਉਪਰੋਕਤ ਸਾਰੇ। ਸੋ ਇਸਦਾ ਉੱਤਰ ਹੈ ਸੱਸਾ, ਯਾਨੀ ਕਿ ਇਹ ਜਿਹੜੇ ਪਹਿਲਾਂ ਅਸੀਂ 3 ਪੜ੍ਹੇ ਹਨ, ਸੋ ਇਹ 3 ਹੀ ਇਸਦੇ ਆਂਸਰ ਹਨ। ਠੀਕ ਹੈ ਜੀ। ਸੋ ਵੱਧਦੇ ਹਾਂ ਅਗਲੇ ਪ੍ਰਸ਼ਨ ਵੱਲ। ਨੰਬਰ 3, ਜਦੋਂ ਕੋਈ ਤੁਹਾਨੂੰ ਡਾਂਟਦਾ ਹੈ ਤਾਂ ਤੁਸੀਂ ਕੀ ਕਰੋਗੇ? ਸੋ ਥੱਲੇ ਆਪਸ਼ਨ ਨੇ 4, ਇਸਦਾ ਉੱਤਰ ਹੈ ਗਲਤੀ ਦੀ ਮਾਫ਼ੀ ਮੰਗ ਲਓ। ਫਿਰ ਨੰਬਰ 4, ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ? ਸੋ ਉੱਤਰ ਹੈ ਇਹਦਾ ਈੜੀ, ਦੋਨੋਂ ਯਾਨੀ ਕਿ ਊੜਾ ਤੇ ਐੜਾ। ਤੋ ਊੜਾ ਤੇ ਐੜਾ ਆਪਸ਼ਨ ਪੜ੍ਹ ਕੇ ਦੱਸਦੇ ਹਾਂ। ਊੜਾ, ਪਿਆਰ ਭਰੇ ਸ਼ਬਦਾਂ ਰਾਹੀਂ, ਐੜਾ ਹਾਵਾ ਭਾਵਾਂ ਰਾਹੀਂ। ਸੋ ਇਸਦਾ ਅੰਤਰ ਹੈ ਈੜੀ, ਦੋਨੇ ਊੜਾ ਤੇ ਐੜਾ ਆਪਸ਼ਨ। ਠੀਕ ਹੈ ਜੀ। ਸੋ ਨੰਬਰ 5, ਸਾਨੂੰ ਆਪਣੇ ਵੱਡਿਆਂ ਨਾਲ ਕਿਸ ਬਾਰੇ ਸਲਾਹ ਕਰਨੀ ਚਾਹੀਦੀ ਹੈ? ਸੋ ਇਸਦਾ ਉੱਤਰ ਹੈ ਐੜਾ, ਆਪਣੀਆਂ ਮੁਸ਼ਕਲਾਂ ਬਾਰੇ। ਠੀਕ ਹੈ ਜੀ। ਨੰਬਰ 5, ਸਾਨੂੰ ਆਪਣੇ ਵੱਡਿਆਂ ਨਾਲ ਕਿਸ ਬਾਰੇ ਸਲਾਹ ਕਰਨੀ ਚਾਹੀਦੀ ਹੈ? ਸੋ ਇਸਦਾ ਉੱਤਰ ਹੈ ਆਪਣੀਆਂ ਮੁਸ਼ਕਲਾਂ ਬਾਰੇ, ਯਾਨੀ ਕਿ ਐੜਾ ਆਪਸ਼ਨ। ਸੋ ਵੱਧਿਆ ਨੰਬਰ 6, ਵਾਕ ਪੂਰਾ ਕਰੋ, ਅੱਜ ਦੀ ਸਾਵਧਾਨੀ ਡੈਸ਼। ਇਹਦਾ ਉੱਤਰ ਹੈ ਅੱਜ ਦੀ ਸਾਵਧਾਨੀ, ਕੱਲ ਦਾ ਸੁਰੱਖਿਆ ਜੀਵਨ, ਯਾਨੀ ਕਿ ਆਪਸ਼ਨ ਊੜਾ। ਸੋ ਵੱਧਦੇ ਹਾਂ ਅੱਗੇ। ਸੋ ਨੰਬਰ 7, ਮਨੁੱਖੀ ਜ਼ਿੰਦਗੀ ਕੁਦਰਤ ਦਾ ਡੈਸ਼ ਹੈ। ਸੋ ਇੱਥੇ ਫੀਲਿੰਗਸ ਆ ਬਲੈਂਕਸ ਭਰਨਾ ਹੈ, ਸਾਡੇ ਕੋਲ ਥੱਲੇ 4 ਆਪਸ਼ਨ ਨੇ। ਸੋ ਇਹਦਾ ਆਂਸਰ ਹੈ ਈੜੀ, ਅਨਮੋਲ ਤੋਹਫਾ ਹੈ। ਨੰਬਰ 8, ਪਸ਼ੂਆਂ ਨੇ ਮਨੁੱਖਾਂ ਦੀ ਮਦਦ ਕਿਸ ਪ੍ਰਕਾਰ ਕੀਤੀ? ਸੋ ਥੱਲੇ 4 ਆਪਸ਼ਨ ਨੇ। ਠੀਕ ਹੈ ਜੀ। ਸੋ ਉੱਤਰ ਹੈ ਇਸਦਾ ਸੱਸਾ, ਉਪਰੋਤਕ ਸਾਰੇ ਹੀ। ਸੋ ਉੱਪਰ ਵਾਲੇ ਵੀ ਪੜ੍ਹਦੇ ਹਾਂ, ਊੜਾ ਰਖਵਾਲੇ ਬਣ ਕੇ, ਐੜਾ ਸਹਿਕਰਮੀ ਬਣ ਕੇ, ਈੜੀ ਦੋਸਤ ਬਣ ਕੇ, ਤੇ ਇਸਦਾ ਉੱਤਰ ਹੈ ਸੱਸਾ, ਉਪਰੋਕਤ ਸਾਰੇ, ਯਾਨੀ ਕਿ ਇਹ ਸਾਰੇ ਹੀ ਇਸਦੇ ਆਂਸਰ ਹਨ। ਫਿਰ ਹੈ ਨੰਬਰ 9, ਪਸ਼ੂ ਮਨੁੱਖਾਂ ਦੀ ਤਰ੍ਹਾਂ ਹੀ, ਫਿਰ ਇਹਨੇ ਥੱਲੇ ਆਪਸ਼ਨ ਨੇ ਇਹਨਾਂ ਚੋਂ, ਇਹਦਾ ਆਪਸ਼ਨ ਆਂਸਰ ਹੈ ਊੜਾ, ਸਾਹ ਲੈਂਦੇ ਹਨ। ਸੋ ਮਨੁੱਖਾਂ ਦੀ ਤਰ੍ਹਾਂ ਹੀ ਸਾਹ ਲੈਂਦੇ ਹਨ। ਸੋ ਵੱਧਦੇ ਹਾਂ ਅੱਗੇ। ਨੰਬਰ 10, ਫੈਸਲਾ ਲੈਣਾ ਨਿਰਭਰ ਕਰਦਾ ਹੈ। ਸੋ ਇਸਦਾ ਉੱਤਰ ਹੈ ਈੜੀ, ਦੋਨੇ ਊੜਾ ਤੇ ਐੜਾ। ਸੋ ਇੱਥੇ ਆਪਸ਼ਨਾਂ ਪੜ੍ਹਾਂਗੇ ਕਿਹੜੀਆਂ ਕਿਹੜੀਆਂ ਹਨ, ਤੁਹਾਨੂੰ ਤਾਂ ਕਿ ਯਾਦ ਹੋ ਜਾਣ। ਊੜਾ, ਸਾਰੇ ਵਿਕਲਪਾਂ ਬਾਰੇ ਤਰਕਸ਼ੀਲ ਸੋਚ, ਐੜਾ ਸਾਰੇ ਵਿਕਲਪਾਂ ਦੀ ਤੁਲਨਾ। ਸੋ ਇਸਦਾ ਆਂਸਰ ਹੈ ਊੜਾ ਅਤੇ ਐੜਾ ਦੋਨੇ ਹੀ ਆਪਸ਼ਨ। ਸੋ ਅਸੀਂ ਟਿਕ ਲਾਵਾਂਗੇ ਈੜੀ ਨੂੰ। ਨੰਬਰ 11, ਕਿਹੜਾ ਸ਼ਬਦ ਚੰਗੀ ਖੇਡ ਭਾਵਨਾ ਦਾ ਸੂਚਕ ਨਹੀਂ ਹੈ? ਸੋ ਇਸ ਵਿੱਚ ਬੱਚੋ ਕਨਫਿਊਜ਼ ਨਾ ਹੋ ਜਾਣਾ, ਚੰਗੀ ਖੇਡ ਭਾਵਨਾ ਦਾ ਜਿਹੜਾ ਸੂਚਕ ਨਹੀਂ ਹੈ, ਅਸੀਂ ਉਹ ਲਿਖਣਾ ਹੈ। ਠੀਕ ਹੈ ਜੀ। ਸੋ ਸਾਡੇ ਕੋਲ 4 ਆਪਸ਼ਨ ਨੇ, ਇਸਦਾ ਆਂਸਰ ਹੈ ਸੱਸਾ, ਬਹਿਸ ਕਰਨਾ। ਸੋ ਜਿਹੜਾ ਬਹਿਸ ਕਰਨਾ ਹੈ, ਇਹ ਚੰਗੀ ਖੇਡ ਭਾਵਨਾ ਸੂਚਕ ਨਹੀਂ ਹੈ। ਪ੍ਰਸ਼ੰਸਾ ਕਰਨੀ, ਮੁਬਾਰਕਬਾਦ ਦੇਣੀ ਤੇ ਨਿਰਦੇਸ਼ ਮੰਨਣਾ, ਇਹ ਚੰਗੀ ਖੇਡ ਭਾਵਨਾ ਦਾ ਸੂਚਕ ਹੈ। ਠੀਕ ਹੈ ਜੀ। ਸੋ ਕਨਫਿਊਜ਼ ਨਾ ਹੋਣਾ, ਚੰਗੀ ਤਰ੍ਹਾਂ ਪੜ੍ਹਨਾ ਉਪਰੋਂ, ਭਾਵਨਾ ਦਾ ਸੂਚਕ ਨਹੀਂ ਹੈ। ਠੀਕ ਹੈ ਜੀ, ਬਹਿਸ ਕਰਨਾ। ਫਿਰ ਅੱਗੇ ਨੰਬਰ 11-12, ਹੇਠ ਲਿਖਿਆਂ ਵਿੱਚੋਂ ਕਿਹੜੀ ਜਨਤਕ ਸੰਪਤੀ ਨਹੀਂ ਹੈ? ਸੋ ਬੱਚਿਓ, ਨਹੀਂ ਹੈ ਜਨਤਕ ਸੰਪਤੀ, ਜਿਹੜੀ ਨਹੀਂ ਹੈ ਉਹ ਹੈ ਐੜਾ ਆਪਸ਼ਨ, ਤੁਹਾਡਾ ਘਰ। ਜੀ ਹਾਂ, ਜਿਹੜੀ ਤੁਹਾਡਾ ਘਰ ਹੈ ਉਹ ਜਨਤਕ ਸੰਪਤੀ ਨਹੀਂ ਹੈ। ਬੈਂਕ, ਰੇਲਵੇ ਤੇ ਸਕੂਲ ਜਿਹੜੇ ਨੇ, ਇਹ ਜਨਤਕ ਸੰਪਤੀ ਦੇ ਅੰਦਰ ਆਉਂਦੇ ਹਨ। ਸੋ ਵੱਧਦੇ ਹਾਂ ਅਗਲੇ ਆਪਸ਼ਨ ਵੱਲ। 14 ਨੰਬਰ, ਤੁਸੀਂ ਸਕੂਲ ਦੀ ਦੇਖਭਾਲ ਕਿਸ ਤਰ੍ਹਾਂ ਕਰੋਗੇ?
ਸੋ ਤੁਹਾਡੇ ਕੋਲ ਚਾਰ ਆਪਸ਼ਨ ਨੇ, ਊੜਾ ਕੰਧਾਂ ਤੇ ਲਿਖ ਕੇ, ਐੜਾ ਖਿੜਕੀ ਦੇ ਸ਼ੀਸ਼ੇ ਤੋੜ ਕੇ, ਈੜੀ ਚਾਕ ਨਾਲ ਖੇਡ ਕੇ, ਸੱਸਾ ਉਪਰੋਤਕ ਵਿੱਚੋਂ ਕੋਈ ਨਹੀਂ। ਸੋ ਇਸਦਾ ਆਂਸਰ ਆਵੇਗਾ ਉਪਰੋਤਕ ਵਿੱਚੋਂ ਕੋਈ ਨਹੀਂ। ਠੀਕ ਹੈ ਜੀ, ਅੱਗੇ ਨੰਬਰ 15। ਸੋ ਨੰਬਰ 15 ਡੈਸ਼ ਅਧਿਕਾਰ ਡੈਸ਼ ਸਤਿਕਾਰ, ਇਹਨਾਂ ਦੋਵਾਂ ਖਾਲੀ ਥਾਵਾਂ ਵਿੱਚੋਂ ਇੱਕ ਹੀ ਸ਼ਬਦ ਆਵੇਗਾ, ਦੱਸੋ ਕਿਹੜਾ। ਠੀਕ ਹੈ ਜੀ, ਸੋ ਇਸਦਾ ਉੱਤਰ ਹੈ ਈੜੀ ਬਰਾਬਰ, ਬਰਾਬਰ ਅਧਿਕਾਰ ਬਰਾਬਰ ਸਤਿਕਾਰ। ਠੀਕ ਹੈ ਜੀ, ਸੋ ਇੱਥੇ ਆਵੇਗਾ। ਸੋ ਵੱਧਦੇ ਹਾਂ ਅੱਗੇ। ਸੋ ਅੱਗੇ ਭਾਗ ਐੜਾ, ਸੋ ਕਰਦੇ ਹਾਂ। ਮੂੰਹ ਅਤੇ ਨੱਕ ਨੂੰ ਖੰਘਣ ਅਤੇ ਛਿੱਕਣ ਸਮੇਂ ਡੈਸ਼ ਨਾਲ ਢਕਣਾ ਚਾਹੀਦਾ ਹੈ। ਸੋ ਫੀਲਿੰਗਸ ਦਾ ਬਲੈਂਕ ਹੈ, ਖਾਲੀ ਸਾਨੂੰ ਭਰਨਾ ਹੈ। ਇੱਥੇ ਆਵੇਗਾ ਮੂੰਹ ਅਤੇ ਨੱਕ ਨੂੰ ਖੰਘਣ ਅਤੇ ਛਿੱਕਣ ਸਮੇਂ ਰੁਮਾਲ ਨਾਲ ਢਕਣਾ ਚਾਹੀਦਾ ਹੈ। ਫਿਰ ਅਗਲਾ, ਸਵੈ ਨਿਰੰਤਰ ਨਾਲ ਆਪਣੀਆਂ ਡੈਸ਼ ਤੇ ਕਾਬੂ ਪਾਇਆ ਜਾ ਸਕਦਾ ਹੈ। ਸੋ ਕਿਸ ਤੇ ਕਾਬੂ ਪਾਇਆ ਜਾ ਸਕਦਾ ਹੈ, ਇੱਥੇ ਆਵੇਗਾ ਭਾਵਨਾਵਾਂ। ਠੀਕ ਹੈ ਜੀ, ਫਿਰ ਨੰਬਰ 4 ਵੱਡਿਆਂ ਦੀ ਗੱਲ ਨੂੰ ਡੈਸ਼ ਨਾਲ ਸੁਣਨਾ ਚਾਹੀਦਾ ਹੈ। ਸੋ ਇੱਥੇ ਆਵੇਗਾ ਵੱਡਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਚਾਹੀਦਾ। ਫਿਰ ਨੰਬਰ 5 ਸਹੀ ਜਾਂ ਗਲਤ ਦੱਸਣਾ ਹੈ, ਸੜਕ ਤੇ ਵਰਤੀ ਗਈ ਛੋਟੀ ਜਿਹੀ ਲਾਪਰਵਾਹੀ ਸਾਡੀ ਜਾਨ ਲੈ ਸਕਦੀ ਹੈ। ਸੋ ਇਹ ਕਥਨ ਸਹੀ ਹੈ ਕਿ ਗਲਤ ਹੈ? ਇਹ ਹੈ ਸਹੀ, ਜੀ ਹਾਂ, ਸੜਕ ਤੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਨੰਬਰ 6 ਮਨੁੱਖ ਅੱਜ ਦੇ ਸਮੇਂ ਵਿੱਚ ਪਸ਼ੂਆਂ ਦੇ ਬਿਲਕੁਲ ਨਿਰਭਰ ਨਹੀਂ ਕਰਦਾ। ਇਹ ਕਥਨ ਸਹੀ ਹੈ ਕਿ ਗਲਤ ਹੈ? ਇਹ ਗਲਤ ਹੈ, ਅੱਜ ਵੀ ਅਸੀਂ ਕੁਛ ਚੀਜ਼ਾਂ ਦੇ ਲਈ ਪਸ਼ੂਆਂ ਤੇ ਨਿਰਭਰ ਹਾਂ। ਠੀਕ ਹੈ ਜੀ, ਨੰਬਰ 7 ਕਿਸੇ ਵੀ ਸਮੱਸਿਆ ਨਾਲ ਨਜਿੱਠਣ ਦੇ ਬਹੁਤ ਸਾਰੇ ਵਿਕਲਪ ਹੁੰਦੇ ਹਨ। ਸੋ ਇਹ ਕਥਨ ਸਹੀ ਹੈ ਕਿ ਗਲਤ? ਜੀ ਹਾਂ, ਇਹ ਸਹੀ ਹੈ, ਹਰ ਇੱਕ ਸਮੱਸਿਆ ਲਈ ਕੋਈ ਨਾ ਕੋਈ ਵਿਕਲਪ ਹੁੰਦਾ ਹੀ ਹੈ। ਅੱਗੇ ਨੰਬਰ 8 ਚੰਗਾ ਖਿਡਾਰੀ ਅਸਫਲ ਹੋਣ ਤੇ ਕੀ ਕਰਦਾ ਹੈ? ਸੋ ਇਹ ਪ੍ਰਸ਼ਨ ਉੱਤਰ ਆ ਗਏ ਹਨ। ਸੋ ਇਸਦਾ ਉੱਤਰ ਆਵੇਗਾ, ਇੱਕ ਚੰਗਾ ਖਿਡਾਰੀ ਅਸਫਲਤਾ ਤੋਂ ਸਬਕ ਲੈਂਦਿਆਂ ਹੋਇਆ ਅੱਗੇ ਵੱਧਦਾ ਹੈ। ਠੀਕ ਹੈ ਜੀ, ਅੱਗੇ ਨੰਬਰ 9 ਮੈਂ ਇੱਕ ਜਨਤਕ ਸੰਪਤੀ ਹਾਂ, ਮੇਰੇ ਕੋਲ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਹਨ, ਇੱਥੇ ਬਹੁਤ ਸਾਰੀਆਂ ਕੁਰਸੀਆਂ, ਮੇਜ਼ ਅਤੇ ਅਖਬਾਰ ਹਨ, ਦੱਸੋ ਮੈਂ ਕੌਣ ਹਾਂ? ਸੋ ਇਸਦਾ ਉੱਤਰ ਆਏਗਾ ਲਾਇਬ੍ਰੇਰੀ। ਸੋ ਵੱਧਦੇ ਹਾਂ ਅੱਗੇ। ਨੰਬਰ 10 ਇੱਕ ਉੱਗੀ ਇਸਤਰੀ ਖਿਡਾਰਨ ਦਾ ਨਾਂ ਅਤੇ ਉਸਦੀ ਖੇਡ ਦੱਸੋ। ਸੋ ਤੁਸੀਂ ਬਹੁਤ ਸਾਰੀਆਂ ਨੇ, ਤੁਸੀਂ ਕੋਈ ਵੀ ਦੱਸ ਸਕਦੇ ਹੋ। ਸੋ ਅਸੀਂ ਦੱਸਾਂਗੇ ਉੱਤਰ, ਸਾਨੀਆ ਨਹਿਵਾਲ ਭਾਰਤ ਦੀ ਉੱਗੀ ਬੈਡਮਿੰਟਨ ਖਿਡਾਰਨ। ਠੀਕ ਹੈ ਜੀ। ਸੋ ਨੰਬਰ 11 ਸੜਕ ਨੂੰ ਪੈਦਲ ਪਾਰ ਕਿਸ ਜਗ੍ਹਾ ਤੋਂ ਕਰਨਾ ਚਾਹੀਦਾ ਹੈ? ਸੋ ਇਸਦਾ ਉੱਤਰ ਆਵੇਗਾ ਜੈਬਰਾ ਕ੍ਰੋਸਿੰਗ ਤੋਂ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਸੋ ਵੱਧਦੇ ਹਾਂ ਅਗਲੇ ਪ੍ਰਸ਼ਨ ਵੱਲ। ਨੰਬਰ 12 ਆਪਣੇ ਸਰੀਰ ਨੂੰ ਸਾਫ ਰੱਖਣ ਦੇ ਦੋ ਫਾਇਦੇ ਨੇ। ਸੋ ਇਸਦਾ ਉੱਤਰ ਹੈ ਨੰਬਰ 1 ਸਰੀਰ ਨੂੰ ਸਾਫ ਰੱਖਣ ਨਾਲ ਚੰਗੀ ਸਿਹਤ ਪ੍ਰਾਪਤ ਹੁੰਦੀ ਹੈ, ਨੰਬਰ 2 ਸਰੀਰ ਨੂੰ ਸਾਫ ਰੱਖਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਠੀਕ ਹੈ ਜੀ, ਸੋ ਵੱਧਦੇ ਹਾਂ ਅਗਲਾ ਪ੍ਰਸ਼ਨ। ਨੰਬਰ 13 ਆਪਣੀ ਪ੍ਰਤਿਭਾ ਵਿੱਚ ਨਿਖਾਰ ਲਿਆਉਣ ਦੇ ਕੋਈ ਦੋ ਤਰੀਕੇ ਦੱਸੋ। ਸੋ ਇਸਦਾ ਉੱਤਰ ਹੈ ਆਪਣੀ ਪ੍ਰਤਿਭਾ ਵਿੱਚ ਨਿਖਾਰ ਲਿਆਉਣ ਲਈ ਸਾਨੂੰ ਆਪਣੀਆਂ ਕਮੀਆਂ ਅਤੇ ਖੂਬੀਆਂ ਦੀ ਪਹਿਚਾਣ ਕਰਨੀ ਚਾਹੀਦੀ। ਠੀਕ ਹੈ ਜੀ, ਨੋਟ ਕਰ ਲਿਆ। ਸੋ ਅੱਗੇ ਵੱਧਦੇ ਹਾਂ। ਨੰਬਰ 14 ਆਪਣੇ ਪਰਿਵਾਰ ਦੇ ਬਜ਼ੁਰਗਾਂ ਦਾ ਸ਼ੁਕਰੀਆ ਕਰਨ ਦੇ ਦੋ ਢੰਗ ਲਿਖੋ। ਸੋ ਦੋ ਲਿਖਣੇ ਹਨ, ਵੈਸੇ ਤਾਂ ਬਹੁਤ ਨੇ। ਸੋ ਲਿਖਦੇ ਹਾਂ ਨੰਬਰ 1 ਬਜ਼ੁਰਗਾਂ ਦੀ ਸੇਵਾ ਕਰਕੇ, ਨੰਬਰ 2 ਬਜ਼ੁਰਗਾਂ ਦੇ ਆਗਿਆਕਾਰੀ ਬਣੇ। ਸੋ ਇਹ ਦੋ ਢੰਗ ਨਾਲ ਤੁਸੀਂ ਉਹਨਾਂ ਦਾ ਸ਼ੁਕਰੀਆ ਕਰ ਸਕਦੇ ਹੋ। ਨੰਬਰ 15 ਰਾਤ ਨੂੰ ਸੜਕ ਦੇ ਚੱਲਦੇ ਸਮੇਂ ਕਿਸ ਪ੍ਰਕਾਰ ਦੇ ਕੱਪੜੇ ਪਹਿਨੇ ਚਾਹੀਦੇ? ਇਸਦਾ ਉੱਤਰ ਹੈ ਰਾਤ ਨੂੰ ਸੜਕ ਤੇ ਚੱਲਦੇ ਸਮੇਂ ਚਮਕਦਾਰ ਗੁਲਾਬੀ, ਪੀਲੇ ਅਤੇ ਸੁਨਹਿਰੀ ਕੱਪੜੇ ਪਹਿਨਣੇ ਚਾਹੀਦੇ ਹਨ। ਠੀਕ ਹੈ ਜੀ, ਅਗਲਾ ਪ੍ਰਸ਼ਨ ਚੰਗੀ ਖੇਡ ਭਾਵਨਾ ਦੇ ਪ੍ਰਦਰਸ਼ਨ ਲਈ ਜ਼ਰੂਰੀ ਕੋਈ ਦੋ ਗੱਲਾਂ ਦੱਸੋ। ਸੋ ਇਸਦਾ ਉੱਤਰ ਹੈ ਨੰਬਰ 1 ਇਮਾਨਦਾਰੀ, ਨੰਬਰ 2 ਨਿਰਦੇਸ਼ਾਂ ਦੀ ਪਾਲਣਾ ਕਰਨ। ਸੋ ਇਹ ਚੰਗੀ ਖੇਡ ਭਾਵਨਾ ਦੇ ਸੂਚਕ ਹਨ। ਠੀਕ ਹੈ ਜੀ, ਸੋ ਵੱਧਦੇ ਹਾਂ ਅੱਗੇ। ਸੋ ਇਹ ਹੈ ਤੁਹਾਡੇ ਵੱਡੇ ਪ੍ਰਸ਼ਨ ਹਨ, 2-5 ਨੰਬਰਾਂ ਵਾਲੇ। ਠੀਕ ਹੈ ਜੀ, ਸੋ ਇਹਨਾਂ ਨੂੰ ਕਰਦੇ ਹਾਂ, ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਠੀਕ ਹੈ ਜੀ, ਸੋ ਪਹਿਲਾ ਹੈ ਤੁਸੀਂ ਆਪਣੇ ਮਾਤਾ ਪਿਤਾ ਜੀ, ਦਾਦੀ ਦਾਦਾ ਜੀ ਅਤੇ ਹੋਰ ਆਪਣੇ ਤੋਂ ਵਡੇਰੀ ਉਮਰ ਵਾਲੇ ਰਿਸ਼ਤੇਦਾਰਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਕਿਸ ਤਰ੍ਹਾਂ ਪ੍ਰਗਟ ਕਰੋ। ਸੋ ਇੰਪੋਰਟੈਂਟ ਕੁਐਸਚਨ ਹੈ, ਸੋ ਆਓ ਇਸਦਾ ਉੱਤਰ ਕਰਦੇ ਹਾਂ।
ਸੋ ਇਸਦਾ ਉੱਤਰ ਹੈ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ, ਪਰਿਵਾਰ ਵਿਚਲੇ ਬਜ਼ੁਰਗਾਂ, ਹੋਰ ਰਿਸ਼ਤੇਦਾਰਾਂ ਅਤੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ। ਸਾਨੂੰ ਉਹਨਾਂ ਦੇ ਤਜਰਬੇ, ਮਿਹਨਤ, ਉੱਦਮ, ਤਿਆਗ, ਸੰਘਰਸ਼ ਅਤੇ ਉਹਨਾਂ ਦੁਆਰਾ ਝੱਲੀਆਂ ਔਕੜਾਂ ਅਤੇ ਅਣਥੱਕ ਯਤਨਾਂ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਉਹਨਾਂ ਦੇ ਮਾਣ ਸਤਿਕਾਰ ਪ੍ਰਤੀ ਆਪਣੀਆਂ ਭਾਵਨਾਵਾਂ ਆਪਣੇ ਪਿਆਰ ਭਰੇ ਸ਼ਬਦਾਂ ਅਤੇ ਹਾਵ ਭਾਵਾਂ ਰਾਹੀਂ ਦਰਸਾ ਸਕਦੇ। ਠੀਕ ਹੈ ਜੀ। ਸੋ ਬੱਚੋ, ਇਹ ਇੰਪੋਰਟੈਂਟ ਕੁਸਚਨ ਹੈ, ਇਸ ਨੂੰ ਯਾਦ ਕਰ ਲੈਣਾ ਚੰਗੀ ਤਰ੍ਹਾਂ। ਸੋ ਵੱਧਦੇ ਹਾਂ ਅਗਲੇ ਪ੍ਰਸ਼ਨ ਵੱਲ। ਸੋ ਅਗਲਾ ਹੈ, ਆਪਣੇ ਸਕੂਲ ਦੀ ਸੰਪਤੀ ਦੀ ਸੰਭਾਲ ਲਈ ਕੋਈ 5 ਨੁਕਤੇ ਲਿਖੋ। ਸੋ ਆਓ ਕਰਦੇ ਹਾਂ, ਜਿਸਦਾ ਉੱਤਰ ਆਵੇਗਾ 1, ਸਾਨੂੰ ਸਕੂਲ ਦੀ ਕੰਧਾਂ ਤੇ ਨਹੀਂ ਲਿਖਣਾ ਚਾਹੀਦਾ। 2, ਸਾਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਪੰਨੇ ਨਹੀਂ ਪਾੜਨੇ ਚਾਹੀਦੇ। 3, ਸਕੂਲ ਦੇ ਬਗੀਚੇ ਵਿੱਚੋਂ ਫੁੱਲ ਨਹੀਂ ਤੋੜਨੇ ਚਾਹੀਦੇ। 4, ਸਕੂਲ ਦੀ ਖਿੜਕੀ ਦੇ ਸ਼ੀਸ਼ੇ ਨਹੀਂ ਤੋੜਨੇ ਚਾਹੀਦੇ। 5, ਸਕੂਲ ਦੇ ਬੈਂਚਾਂ ਤੇ ਕਲਮ ਨਾਲ ਨਹੀਂ ਲਿਖਣਾ ਚਾਹੀਦਾ। ਸੋ ਇਹ 5 ਨੁਕਤੇ ਬੇਹੱਦ ਨੇ ਬੱਚੇ, ਹੋਰ ਵੀ ਨੇ ਪਰ 5 ਲੈ ਕੇ ਆਏ ਹਾਂ, 5 ਹੀ ਪੁੱਛੇ ਹਨ। ਸੋ ਚੰਗੀ ਤਰ੍ਹਾਂ ਯਾਦ ਕਰ ਲੈਣਾ, ਇਹ ਵੀ ਕਾਫੀ ਇੰਪੋਰਟੈਂਟ ਕੁਸਚਨ ਹੈ, ਇਹ ਵੀ ਪੇਪਰ ਵਿੱਚ ਆ ਜਾਂਦਾ ਹੈ। ਸੋ ਵੱਧਦੇ ਹਾਂ ਅਗਲੇ ਪ੍ਰਸ਼ਨ ਵੱਲ। ਤੁਸੀਂ ਫੁੱਟਬਾਲ ਦੇ ਖਿਡਾਰੀ ਹੋ, ਖੇਡ ਦੇ ਮੈਦਾਨ ਵਿੱਚ ਚੰਗੀ ਖੇਡ ਭਾਵਨਾ ਨੂੰ ਦਰਸਾਉਂਦੀਆਂ ਕੋਈ 5 ਗੱਲਾਂ ਲਿਖੋ ਜਿਨ੍ਹਾਂ ਦਾ ਤੁਸੀਂ ਧਿਆਨ ਰੱਖੋਗੇ ਅਤੇ ਪਾਲਣਾ ਕਰੋ। ਸੋ ਇਸ ਵਿੱਚ ਅਸੀਂ ਚੰਗੀ ਖੇਡ ਭਾਵਨਾਵਾਂ ਨੂੰ ਦਰਸਾਉਂਦੀਆਂ ਕੋਈ 5 ਗੱਲਾਂ ਲਿਖੀਆਂ ਹਨ। ਸੋ ਆਓ ਕਰਦੇ ਹਾਂ। 1, ਮੈਂ ਇਮਾਨਦਾਰੀ ਨਾਲ ਖੇਡਾਂਗਾ। 2, ਮੈਂ ਨਿਯਮਾਂ ਦੀ ਪਾਲਣਾ ਕਰਾਂਗਾ। 3, ਮੈਂ ਆਪਣੇ ਸਾਥੀਆਂ ਨਾਲ ਮਿਲ ਜੁਲ ਕੇ ਰਹਾਂਗਾ। 4, ਮੈਂ ਵਿਰੋਧੀ ਟੀਮ ਦਾ ਆਦਰ ਕਰਾਂਗਾ। 5, ਮੈਂ ਆਪਣੀ ਜਿੱਤ ਦਾ ਹੰਕਾਰ ਨਹੀਂ ਕਰਾਂਗਾ। ਸੋ ਬੱਚਿਓ, ਇਹ ਵੀ ਕਾਫੀ ਇੰਪੋਰਟੈਂਟ ਹੈ। ਸੋ ਬੱਚਿਓ, ਇਹ ਸੀ ਤੁਹਾਡੇ ਲਈ ਸੈਂਪਲ ਪੇਪਰ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਅਸੀਂ ਤੁਹਾਡੇ ਲਈ ਵੈਲਕਮ ਲਾਈਫ ਯਾਨੀ ਕਿ ਸਵਾਗਤ ਜ਼ਿੰਦਗੀ ਦੇ ਨਾਲ ਹੋਰ ਵੀ ਜਿਹੜੇ ਇੰਪੋਰਟੈਂਟ ਕੁਸਚਨ ਹੈ ਲੈਸਨ ਵਾਈਜ਼, ਕਿਉਂਕਿ ਇਸ ਵਿੱਚ ਸਾਰਾ ਸਿਲੇਬਸ ਆਣਾ ਹੈ, ਤੁਹਾਨੂੰ ਪਤਾ ਹੀ ਹੈ। ਸੋ ਜਿਹੜੇ ਵੀ ਹੋਰ ਇੰਪੋਰਟੈਂਟ ਕੁਸਚਨ ਨੇ ਉਹਨਾਂ ਲਈ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ। ਠੀਕ ਹੈ ਜੀ। ਨਾਲ ਇੱਕ ਹੋਰ ਸੈਂਪਲ ਪੇਪਰ ਵੀ ਸੋਲਵ ਕਰਕੇ ਲੈ ਕੇ ਆਵਾਂਗੇ। ਸੋ ਤੁਸੀਂ ਸਾਡੇ ਨਾਲ ਬਣੇ ਰਹਿਣਾ। ਠੀਕ ਹੈ ਜੀ। ਸੋ ਇਹ ਵੀਡੀਓ ਕਿੱਦਾਂ ਦੀ ਲੱਗੀ ਨੀਚੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਸੋ ਅੱਜ ਤੱਕ ਲਈ ਇੰਨਾ ਹੀ, ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ। ਤਦ ਤੱਕ ਲਈ ਧੰਨਵਾਦ।